नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। ਕਿਵੇਂ ਲੱਗਿਆ ਭਾਜੀ ਤੁਹਾਨੂੰ? ਲੱਗਿਆ ਕੀ ਹੈ, ਮੈਂ ਤਾਂ ਇਸ ਗੱਲ ਤੋਂ ਹੈਰਾਨ ਹੈਗਾ ਵੀ ਹੁਣ ਕੂੜੇ ਵਾਲੀਆਂ ਵੀ ਚੋਰੀਆਂ ਕਰਨ ਲੱਗ ਗਈਆਂ ਨੇ, ਨਵੀਆਂ ਵਿਆਹੀਆਂ ਵੀ ਚੋਰੀ ਕਰਨ ਲੱਗ ਗਈਆਂ ਨੇ। ਹੈਰਾਨਗੀ ਵਾਲੀ ਗੱਲ ਹੋ ਗਈ, ਕਦੇ ਨੀ ਏਦਾਂ ਦੇਖਿਆ ਵੀ ਕਦੇ ਚੂੜੇ ਵਾਲੀਆਂ ਜਾਂ ਕੋਈ ਲੜਕੀਆਂ ਵੀ ਚੋਰੀ ਕਰਦੀਆਂ। ਐਕਟਵਾ ਪਹਿਲੀ ਮੈਂ ਤਾਂ ਦੇਖਿਆ, ਕੇਸ ਹੋਇਆ ਲੱਗਦਾ। ਮੈਂ ਕਿੰਨੀ ਕੁ ਦੀ ਐਕਟਵਾ ਕੇ ਐਕਟਵਾ ਕਿੰਨੇ ਦੀ ਕੀਮਤ ਹੋਣੀ ਹੈ ਲਗਭਗ? ਪਤਾ ਉਹਦੀ ਹੁਣ ਅੱਜ ਨਵੀਂ ਐਕਟਵਾ ਲੱਖ ਰੁਪਏ ਦੀ ਹੋਈ ਪਈ ਹੈ, ਚਾਰ ਪੰਜ ਸਾਲ ਪੁਰਾਣੀ ਹੈ, 40-50 ਹਜ਼ਾਰ ਦੀ ਤਾਂ ਹੋਏਗੀ। ਦੁੱਖ ਤੇ ਹੈਗਾ ਇਹਨਾਂ ਦਾ, ਨੁਕਸਾਨ ਹੁੰਦਾ, ਦੁੱਖ ਤਾਂ ਹੁੰਦਾ ਜੀ, ਚੀਜ਼ ਜਾਂਦੀ ਹੈ, ਚੀਜ਼ਾਂ ਕਿਹੜੀਆਂ ਰੋਜ਼ ਰੋਜ਼ ਬਣਦੀਆਂ। ਚਲੋ ਕੋਈ ਗੱਲ ਨੀ, ਟੈਂਸ਼ਨ ਨਾ ਲਓ, ਨਾ ਰੋ। ਮੈਂ ਰਾਜਨ ਸ਼ਰਮਾ ਜੀ, ਭਾਰਤੀ ਜਨਤਾ ਪਾਰਟੀ ਤੋਂ। ਭਾਰਤੀ ਜਨਤਾ ਪਾਰਟੀ? ਹਾਂਜੀ ਹਾਂਜੀ। ਕੀ ਹੋਦਾ ਭਾਰਤੀ ਜਨਤਾ ਪਾਰਟੀ? ਮੈਂ ਵਰਕਰ ਆ ਪਾਰਟੀ ਦਾ ਜੀ। ਠੀਕ ਹੈ, ਬੀਜੇਪੀ ਦੇ ਆਗੂ? ਹਾਂਜੀ ਹਾਂਜੀ, ਬੀਜੇਪੀ ਆਗੂ। ਉਹ ਕੱਲ 11:40 ਤੇ ਮੇਰੇ ਆਪਣਾ ਐਕਟਿਵਾ ਖੜਾ ਸੀ ਬਾਹਰ, ਇੱਕ ਲੜਕਾ ਤੇ ਲੜਕੀ ਆਏ ਨੇ, ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ, ਤੇ ਮੈਂ 12:45 ਬਾਹਰ ਆਇਆ ਤੇ ਮੈਨੂੰ ਸਕੂਟਰ ਨਹੀਂ ਨਜ਼ਰ ਆਇਆ ਮੇਰਾ ਉੱਥੇ ਖੜਾ ਐਕਟਿਵਾ ਬਲੂ ਰੰਗ ਦਾ। ਤੇ ਮੈਂ ਜਦੋਂ CCTV ਦੇਖੀਆਂ, ਫੋਟੋਜ਼ ਦੇਖੀਆਂ, ਤੇ 11:42 ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਹੈ ਤੇ ਉਹਨੇ ਚਾਬੀ ਲਗਾਈ ਹੈ ਤੇ ਚਾਬੀ ਲੱਗ ਗਈ ਮੇਰੇ ਐਕਟਿਵਾ ਨੂੰ। ਉਹਨੇ ਸਟਾਰਟ ਕੀਤਾ ਤੇ 10-20 ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ, ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਐਕਟਿਵਾ ਲੈ ਕੇ ਫਰਾਰ ਹੋ ਗਈ ਉੱਥੇ। ਤੇ ਕਿੰਨਾ ਸਮਾਂ ਲਾਇਆ ਉਹਨਾਂ ਨੇ ਐਕਟਿਵਾ ਚੋਰੀ ਕਰਨ? ਸਮੇਂ ਲੱਗੇ ਹੀ ਕੋਈ ਨੀ ਗਾ, ਉਹਨੇ ਚੋਰ ਕੀ ਹੋਣੀ ਉਹਨਾਂ ਕੋਲ, ਜਿਹੜੀ ਹੁੰਦੀ ਐਕਟਿਵਾ ਦੀ ਕੋਈ ਉਹਨਾਂ ਕੋਲ, ਉਹਨੇ ਆਈ ਹੈ ਜਦੇ ਕੀ ਲਗਾਈ ਚਾਬੀ ਲੱਗ ਗਈ ਉਹਨੂੰ ਤੇ ਛੱਤ ਚ ਉਹਨੇ ਚੂੜਾ ਪਾਇਆ ਹੋਇਆ ਵਾ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ, ਨਵੀਂ ਵਿਆਹੀ ਜੋੜੀ ਸੀ। ਮੇਰੇ ਤੋਂ ਪਿੱਛੇ ਪਹਿਲੇ ਉਹਨਾਂ ਹੋਰ ਕਿਸੇ ਐਕਟਿਵਾ ਤੇ ਟਰਾਈ ਕੀਤੀ ਗਲੀ ਦੇ ਵਿੱਚ, ਉਹਨਾਂ ਕੋਲ ਖੁੱਲਿਆ ਨੀ ਤੇ ਥੋੜੀ ਦੇਰ ਬਾਅਦ ਫਿਰ ਉਹ ਜਦੋਂ ਅੱਗੇ ਨੂੰ 20-50 ਕਦਮ ਵਧੇ ਤੇ ਮੇਰੇ ਘਰ ਤੱਕ ਆ ਗਏ ਤੇ ਮੇਰੇ ਘਰ ਦੇ ਬਾਹਰ ਖੜੇ ਸੀ ਜਿੱਦਾਂ ਰੂਟੀਨ ਚ ਖੜਾ ਹੁੰਦਾ ਵਾ। ਠੀਕ ਹੈ, ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ, ਚੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ, ਵੀ ਲੱਗਦਾ ਵੀ ਚਾਬੀ ਲਾਈ ਤੇ ਸ਼ੁਭ ਮੰਤਰ। ਪਤਾ ਹੀ ਲੱਗਿਆ, ਏਦਾਂ ਲੱਗ ਹੀ ਨੀ ਰਿਹਾ ਵੀ ਚੋਰ ਹੈਗੇ, ਐਂ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਿਵਾ ਲੈ ਕੇ ਜਾ ਰਿਹਾ ਵਾ, ਕਿਸੇ ਨੂੰ ਡਾਊਟ ਹੀ ਨੀ ਹੋਇਆ। ਵੈਸੇ ਉਸ ਟਾਈਮ ਤੇ ਕੋਈ ਹੈ ਨਹੀਂ, ਐਕਟਿਵਾ ਲੜਕੀ ਚਲਾ ਕੇ ਲੈ ਕੇ ਗਈ? ਲੜਕੀ ਚਲਾ ਕੇ ਲੈ ਕੇ ਗਈ ਜੀ, ਫੋਟੋ ਹੈਗੀਆਂ, ਡਿਊਟੀ ਹੈਗੀ। ਕਿੰਨੀ ਕੁ ਉਮਰ ਲੱਗਦੀ ਹੈ? ਲੱਗਦਾ ਵੀ ਨਵੀਂ ਵਿਆਹੀ ਜੋੜੀ ਸੀ, ਛੋਟੀ ਉਮਰ ਦੀ, 20-22 ਸਾਲ ਦੀ ਲੱਗਦੀ ਜੀ ਲੜਕੀ। ਅੱਛਾ, ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਜਾਂ? ਹਾਂ, ਨਸ਼ਾ ਵਧਿਆ ਹੈ, ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜ਼ਿਆਦੀਆਂ, ਤੇ ਆਪਣੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ, ਐਕਟਿਵਾ ਚੋਰੀ ਹੋ ਰਹੇ, ਮੋਟਰਸਾਈਕਲ ਚੋਰੀ ਹੋ ਰਹੇ, ਬਹੁਤ ਬੁਰਾ ਹਾਲ ਹੈ ਸਰ।
ਕਾਫੀ ਸਮਾਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ, ਬੀਜੇਪੀ ਤੋਂ ਲੀਡਰ ਵੀ ਹੋ ਤੁਸੀਂ, ਤੇ ਕਿਹੜੇ ਏਰੀਆ ਚ ਰਹਿੰਦੇ ਹੋ, ਕੀ ਅਹੁਦਾ ਤੁਹਾਡੇ ਕੋਲ? ਮੈਂ ਵਾਰਡ ਨੰਬਰ 72 ਚ ਰਹਿਣਾ ਵਾ ਜੀ, ਭਾਜਪਾ ਦਾ ਵਰਕਰ ਹੈਗਾ ਵਾ, ਨਿਊ ਮਾਡਲ ਤੋਂ ਰਿਹਾਇਸ਼ ਆ ਸਾਡੀ। ਅੱਛਾ, ਬੀਜੇਪੀ ਤੋਂ ਬਿਲੋਂਗ ਕਰਦੇ? ਹਾਂਜੀ ਹਾਂਜੀ। ਅੱਛਾ, ਕੰਪਲੇਂਟ ਕਰਾਈ ਜੀ ਉਲਟਾ ਨੇ? ਮੈਂ ਪੁਲਿਸ ਚੌਂਕੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆਪਣੇ ਪੰਚਾਇਤ ਸਾਹਿਬ ਨਾਲ ਹੋਈ? ਹਾਂਜੀ ਹਾਂਜੀ ਹੋਈ। ਕੀ ਕਿਹਾ, ਕੀ ਭਰੋਸਾ ਦਿੱਤਾ ਉਹਨਾਂ ਨੂੰ? ਉਹਨਾਂ ਨੂੰ ਅੱਜ ਫੋਟੋਜ਼ ਦਿੱਤੀਆਂ ਸਾਰੀਆਂ, ਇਨਵੈਸਟੀਗੇਸ਼ਨ ਕਰ ਰਹੇ ਆ, ਕੋਸ਼ਿਸ਼ ਕਰ ਰਹੇ, ਕਹਿੰਦੇ ਲੱਗਦਾ ਵਿਆਹ ਵੀ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ। ਹਾਂ ਸਾਰਾ ਦਿੱਤੀਆਂ, ਫੋਟੋਜ਼ ਦਿੱਤੀਆਂ ਉਹਨਾਂ ਨੂੰ, ਵੀਡੀਓ ਦਿੱਤੀਆਂ। ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣਗੀਆਂ। ਡੈਫੀਨੇਟਲੀ। ਠੀਕ ਹੈ, ਤੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ, ਅੱਜ ਕੱਲ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ? ਅੱਜ ਕੱਲ ਵਿਸ਼ਵਾਸ ਨੂੰ ਚੋਰਾਂ ਦੇ ਉੱਤੇ ਕਾਹਦਾ ਵਿਸ਼ਵਾਸ ਆ, ਕੋਈ ਵੀ ਕਰ ਸਕਦਾ। ਮੇਰਾ ਹੈਰਾਨਗੀ ਵਾਲੀ ਗੱਲ ਹੈ ਵੀ ਜਿਵੇਂ ਲੜਕੀ ਇੱਕ ਚੂੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ, ਮੈਂ ਤਾਂ ਪਹਿਲਾਂ ਕੇਸ ਹੀ ਦੇਖਿਆ ਵੀ ਲੜਕੀ ਵੀ ਐਕਟਿਵਾ ਚੱਕ ਰਹੀ ਹੈ, ਇਨ ਕੇਸ ਤਾਂ ਲੜਕੇ ਚੱਕਦੇ ਦੇਖੇ ਨੇ। ਤੇ ਚੌਂਕੀ ਕਿੰਨੀ ਕੁ ਦੂਰੀ ਤੇ ਹੈ ਭਾਜੀ ਉਹ ਤੋਂ? ਚੌਂਕੀ ਤਾਂ 400 ਮੀਟਰ ਦੇ, ਚੌਂਕੀ ਤੋਂ ਜ਼ਿਆਦਾ ਦੂਰ ਤਾਂ ਹੈ ਨਹੀਂ। 400 ਮੀਟਰ? ਹਾਂ, ਕੈਮਰੇ ਲੱਗਿਆ ਉਹਨਾਂ, ਕੋਈ ਡਰ ਨਹੀਂ, ਖੌਫ ਨਹੀਂ ਆ, ਕੋਈ ਉਹਨਾਂ ਨੇ ਮੂੰਹ ਤੇ ਕੁਛ ਨਹੀਂ ਬੰਨਿਆ, ਕੋਈ ਕੱਪੜਾ ਨਹੀਂ ਲਪੇਟਿਆ, ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਿਆਰ ਹੈ ਜਿਵੇਂ ਹੁੰਦਾ। ਚੌਂਕੀ ਕੋਚਰ ਮਾਰਕੀਟ ਦੇ ਨਜ਼ਦੀਕ ਥਾਣਾ? ਹਾਂ, ਕੁਝ ਆਪਣਾ ਚੌਂਕੀ ਕੋਚਰ ਮਾਰਕੀਟ। ਠੀਕ ਹੈ, ਥਾਣਾ 5 ਨੰਬਰ? ਥਾਣਾ 5 ਨੰਬਰ।